ਦੀਪਾਲਪੁਰ ਦੇ ਮੀਆਂ ਇਸ਼ਫਾਕ ਵੱਟੀ ਸਾਹਿਬ ਸਾਡੇ ਬਹੁਤ ਅੱਛੇ ਫਾਰਮਰ ਨੇ, ਇਹ ਤੁਹਾਨੂੰ ਦੱਸਣਗੇ ਸਾਡੇ ਰਜੀਮ ਬਲਾਕ 'ਤੇ ਇਹਨਾਂ ਨੇ ਕਿਹੜਾ ਕਿਹੜਾ ਪ੍ਰੋਡਕਟ ਇਸਤੇਮਾਲ ਕੀਤਾ ਔਰ ਉਹਨਾਂ ਦਾ ਕੈਸਾ ਰਿਜ਼ਲਟ ਹੈ। ਜੀ ਸਰ, ਸਾਡੇ ਆਲੂਆਂ ਵਾਲੀ ਜ਼ਮੀਨ 'ਚ ਜਿਸਦੇ ਤੁਹਾਡਾ 1,00,000 ਇੱਕ ਬੈਗ ਨੇ ਇਸਤੇਮਾਲ ਹੋਇਆ ਜੀ ਸੀ, ਉਸ ਤੋਂ ਬਾਅਦ ਸੀਡ ਟ੍ਰੀਟਮੈਂਟ ਹੋਈ ਟ੍ਰਿਪਲ ਐਕਸ਼ਨ ਜੀ ਸੀ, ਉਸ ਤੋਂ ਬਾਅਦ ਫਿਰ ਤਕਰੀਬਨ ਗੈਂਗਵੀ ਗੈਂਗਵੀ ਦਾ ਆਪਣਾ ਜੜੀ ਬੂਟੀ ਵਾਸਤੇ ਬੁੱਕ ਕਰਾਪਸ ਹੈ ਜੀ, ਗੈਂਗਵੀ ਗੈਂਗਵੀ ਹੋਈ ਹੈ। ਹਾਂਜੀ 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 ਜੀ ਸੀ, ਉਸ ਤੋਂ ਬਾਅਦ ਇੱਕ ਕਿਫਾਇਤੀ ਸਪਰੇ ਹੋਇਆ ਜੀ, ਫਾਸੀ ਸਪਰੇ ਹੋਇਆ ਅਤੇ ਦੋ ਦਫਾ ਅਸੀਂ ਉਸ ਜੀ ਦੂਸਰੀ ਦਵਾਈ ਹੈ ਪਰਬਤ ਸੁਪਰ ਦੂਸਰੀ ਵਾਰ ਪਾ ਰਿਹਾ। ਇੱਕ ਪੌਦਾ ਐਸਾ ਨਹੀਂ ਹੈਗਾ ਜਿੱਥੇ ਕੋਈ ਡੱਸਿਆ ਹੋਏ, ਫਸਲ ਤੁਹਾਡੇ ਸਾਹਮਣੇ ਫਸਲ ਸ਼ੋਅ ਕਰਾਇਆ ਜੀ, ਫਸਲ ਕੈਸੀ ਖੜੀ, ਬਹੁਤ ਔਰ ਕਲਾਸ ਕਿਸਮ ਦੀ ਫਸਲ ਸਾਡੇ ਕੋਲ ਖੜੀ ਹੈ ਅਤੇ ਅਸੀਂ ਇਹਨਾਂ ਦੇ ਵੀ ਮਸ਼ਹੂਰ ਹਾਂ, ਇਹਨਾਂ ਨੇ ਸਾਡੇ 'ਤੇ ਇਤਮਾਦ ਕੀਤਾ ਅਤੇ ਅਸੀਂ ਪਰਬਤ ਕਰਾਪ ਸਾਹਿਬ ਦੇ ਵੀ ਮਸ਼ਹੂਰ ਹੈ ਜਿਹਨਾਂ ਸਾਨੂੰ ਅੱਛਾ ਅੱਛੇ ਪ੍ਰੋਡਕਟ ਦਿੱਤੇ। ਬਹੁਤ ਸ਼ੁਕਰੀਆ ਜੀ।